मोगा के पिंड कान सिंह वाला विच गऊशाला के पखंडी बाबे हिम्मत सिंह दियां एक लड़की नाल अश्लील वीडियो सामने आईयां हन। आरोपी बाबे ने इस लड़की नूं अपनी धी बना के इहो जिहा काम किया कि लोग हुण इस बाबे नूं लानता पा रहे हन। लोगों का कहना है कि आरोपी बाबे ने होर पखंडी बाबिआं नाल मिल पुलिस अते लड़की ते दबाव बना राजीनामा भी करवा लिया, जबकि पुलिस नूं आरोपी बाबे खिलाफ सख्त कार्रवाई करनी चाहीदी सी। पर हुण इस मामले विच पिंड वासियां ने एक हो बाबे खिलाफ सख्त कार्रवाई की मंग की है। लोगों का कहना है कि अजिहे बाबे लोगों की शरदा नाल खिलवाड़ करते हैं, इस बाबे ने तो रिश्तों के नाम से ही कलंक लगा दिता है। ये हरकत हुई है बहुत घरौनी है, क्योंकि उस बंदे ने वो लड़की आपकी धी बनाया हुआ सी। धी का शब्द बहुत उच्चा रुतबा, उन्हें जी करतूत की उन्हें शर्मनाक आ। बाकी लोग भी पिंड के सारे इलाके कहिंदा हुंदा सी मेरी धी आ, रखदा नाल सी, कहना मेरी धी आ। तो हुण इहदे उत्ते कोई शब्द दसो भी की बोलीए जिहड़ी उन्हें करतूत करती। फिर वह बीबी ने फिर जो रौला पाया, कल रौला पाया उन्हें, तो वह वीडियो भी जिहड़ियां अश्लील वीडियो सीगियां उदू बाद दे विच उन्हें दरखास्त दित्ती, तो अज उही बाबा जिहड़ा उहदे नाल विआह करा के आ रहा। जी किस तरह की सज़ा चाहिए? सज़ा देखो जी, हुण तो छित्र वजने चाहिए आ। तो जो पिंड दे बंदे इकट्ठे होए तो सानू सारा साढ़े सामने शीशा आया, देखिया जो शोषण करता सी उहदे नाल, तो अही तो उन्होंने साढ़े तो पिंड रब मनी फिरते, तो वो सह तो निकलिया कख नहीं, तो साध नहीं सी, सहन सी। तो हूँ जो कल तो साढ़े सामने कहना जी मेरी कुड़ी आ, अज उन्हें सानू पता लगा भी विआह भी करा लिया। तो जी धी हुंदी आ उहदे नाल इह जे मतलब शोषण नहीं किए जाते, ना कोई करता अज तक। ये जिहड़ा साध सानू तो यह कलंक ला के गया, सीधी गल साडे पिंड की सारी संगत इकट्ठी हो गए, असीं इहनूं सख्त तो सख्त सज़ा भी दवाउण की कोशिश करांगे पिंड दे साथ नाल। बई ये बहुत घरौनी हरकत है, ये नहीं होनी चाहीदी। पिंड दे विच भोले भाले लोग हुंदे आ, उह कोई भी जजाल च फस सकदा, पर ये नहीं होनी चाहीदी। ये बहुत माड़ी हालत है, बहुत गलत गल है। ये बाबत उन्होंने जिन्हें भी की है ਮਤਪਾਲ ਸਿੰਘ, ਪਰ ਆ ਦੇਖ ਕੇ ਬਹੁਤ ਜ਼ਿਆਦਾ ਮਨ ਦੁਖੀ ਹੋਇਆ ਵੀ ਇੱਕ ਨਿੱਕੇ ਦੇ ਪਿੰਡ ਦੇ ਵਿੱਚ ਇੰਨੇ ਸਾਲਾਂ ਤੋਂ ਪਤਾ ਨਹੀਂ ਕੀ ਕੀ ਕਿਹਦੀਆਂ ਇੱਥੇ ਧੀਆਂ ਭੈਣਾਂ ਦੇ ਨਾਲ ਇਹੋ ਜਿਹਾ ਕੁਛ ਹੋਇਆ ਹੋਊਗਾ। ਹੌਲੀ ਹੌਲੀ ਉਹ ਚਲੋ ਹੋ ਸਕਦਾ ਸਾਹਮਣੇ ਵੀ ਆ ਜੇ, ਤੇ ਅਸੀਂ ਚਾਹੁੰਦੇ ਹਾਂ ਨਗਰ ਨਿਵਾਸੀ ਵੀ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਆ। ਤੂੰ ਮੇਰੀ ਧੀ ਵੀ ਹੈ, ਭੈਣ ਵੀ ਹੈ, ਤੇ ਤੈਨੂੰ ਅਸੀਂ ਜਿਵੇਂ ਤੇਰੀ ਮੈਰਿਜ ਨਹੀਂ ਹੋਈ ਦੁਰਗਾ ਰੂਪ ਵੀ ਸਮਝਦੇ ਹਾਂ। ਤੇ ਜਿਵੇਂ ਮੰਨ ਲਓ ਕਿ ਵੀ ਪਤੀ ਪਤਨੀ ਦਾ ਪਤੀ ਪਤਨੀ ਵੀ ਉਹ ਵੀ ਸਮਝਦੇ ਹਾਂ। ਹਾਂਜੀ, ਮੈਂ ਜਦੋਂ ਇਹ ਗੱਲ ਕਹੀ ਵੀ ਇਹ ਕਿਵੇਂ ਹੋ ਸਕਦਾ, ਇਹ ਕਹਿੰਦੇ ਪਿਆਰ ਦੇ ਵਿੱਚ ਸਾਰਾ ਕੁਛ ਹੀ ਚੱਲਦਾ। ਇਹ ਬਾਬੇ ਕਹਿੰਦੇ? ਹਾਂਜੀ। ਅੱਛਾ, ਤੁਸੀਂ ਉਦੋਂ ਵਿਰੋਧ ਤਾਂ ਕੀਤੀ? ਹਾਂਜੀ ਸਰ, ਸਰ ਕਿਉਂਕਿ ਮੇਰੇ ਮਨ ਦੇ ਵਿੱਚ ਇੱਦਾਂ ਦੀ ਕੋਈ ਖੋੜ ਨਹੀਂ। ਮੈਨੂੰ ਤਾਂ ਸਿਰਫ ਜਦੋਂ ਲੈ ਕੇ ਗਏ ਨਾ, ਮੈਨੂੰ ਤਾਂ ਇਹ ਖੁਸ਼ੀ ਹੁੰਦੀ ਸੀ ਕਿ ਮੈਂ ਗਊਸ਼ਾਲਾ ਜਾਣੀ ਜਾਂਦੀ ਹਾਂ, ਅਤੇ ਮੈਨੂੰ ਮਸਾਂ ਮੌਕਾ ਮਿਲਿਆ ਵੀ ਸੇਵਾ ਕਰਨ ਦਾ। ਬੇਘਰ ਹੈ ਹੀ, ਕਿਉਂਕਿ ਮੇਰੇ ਘਰ ਦੇ ਤਾਂ ਸਰ ਮੈਂ ਤਾਂ ਅੱਜ ਤੱਕ ਕਦੇ ਕੋਰਟ ਕਚਹਿਰੀ ਜਾਂ ਥਾਣੇ ਵਿੱਚ ਕਦੇ ਗਈ ਨਹੀਂ ਸਰ। ਇਹ ਮੇਰੇ ਜਦੋਂ ਸਿਰ ਤੋਂ ਪਾਣੀ ਲੱਗ ਗਿਆ, ਮੇਰੀ ਮਜਬੂਰੀ ਬਣ ਚੁੱਕੀ ਇੱਕ, ਕਿਉਂਕਿ ਸਰ ਅੱਜ ਮੇਰੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ। ਉਧਰ ਜਦੋਂ ਆਰੋਪੀ ਬਾਬੇ ਨਾਲ ਗੱਲਬਾਤ ਕੀਤੀ ਗਈ ਤਾਂ ਦੇਖੋ ਕਿਵੇਂ ਬਾਬੇ ਨੂੰ ਤਰੇਲੀਆਂ ਆ ਗਈਆਂ। ਅਸੀਂ ਜੀ ਉਹ ਲੜਕੀ ਨੂੰ ਆਪਦੀ ਧੀ ਭੈਣ ਬਣਾਇਆ ਸੀਗਾ, ਅਤੇ ਉਹ ਸਾਡੇ ਕੋਲ ਮਹੀਨਾ ਦੋ ਮਹੀਨੇ ਦੇ ਪੱਕੇ ਰਹਿੰਦੇ, ਪਹਿਲਾਂ ਸਾਡੇ ਕੋਲ ਆ ਜਾਂਦੇ ਸੀ। ਉਹ ਅਸੀਂ ਉਹਦੀ ਹਿਫਾਜ਼ਤੀ ਕਰੀ ਆ, ਉਹਨੂੰ ਸਾਰੇ ਨਗਰ ਨੂੰ ਵੀ ਪਤਾ, ਉਹਨਾਂ ਨੂੰ ਪਿੰਡ ਦੇ ਲੋਕਾਂ ਨੂੰ ਇੱਥੋਂ ਵੀ ਪਤਾ ਵੀ ਉਹਦੀ ਮਦਦ ਕੀਤੀ ਹੈ ਅਸੀਂ। ਅੱਜ ਧੀ ਭੈਣ ਬਣਾ ਕੇ ਉਹਨੂੰ ਖਰਚਾ ਵਰਚਾ ਵੀ ਉਹਦੀ ਇੱਕ ਦੋ ਵਾਰੀ ਜਾਨ ਬਚਾਈ ਹੈ, ਅਤੇ ਆਪਦੇ ਮਨੋਂ ਉਹਦਾ ਭਲਾ ਕੀਤਾ ਵਾ, ਅੱਗੇ ਪਰਮੇਸ਼ਰ ਜਾਣਦਾ। ਅੱਛਾ, ਤੁਸੀਂ ਧੀ ਬਣਾਈ ਸੀ? ਹਾਂਜੀ ਹਾਂਜੀ। ਪਰ ਜਿਹੜੀਆਂ ਤੁਹਾਡੀਆਂ ਫੋਟੋਆਂ ਨੇ ਉੱਥੇ, ਅਸ਼ਲੀਲ ਫੋਟੋਆਂ ਨੇ, ਉਹਨੇ ਵੀਡੀਓ ਵੈਰ ਦਿੱਤੀ ਹੈ ਸਾਨੂੰ, ਉਹਦੇ ਵਿੱਚ ਨਗਨ ਹਾਲਤ ਦੇ ਵਿੱਚ ਵੀ ਹੋ ਤੁਸੀਂ? ਉਹ ਮਹਾਰਾਜ ਉਹ ਆਪਣਾ ਵੀ ਅਸੀਂ ਰੋਟੀ ਪਾਣੀ ਸਾਨੂੰ ਦਿੰਦੇ ਸੀਗੇ ਉਦੋਂ, ਹੋ ਸਕਦਾ ਸਾਨੂੰ ਨਾ ਅਸੀਂ ਆਪਦੇ ਡਾਕਟਰ ਵੀ ਹੈਗਾ ਉੱਥੇ, ਉਹ ਸਾਨੂੰ ਨਾ 4-5 ਦਿਨ ਦਵਾਈ ਦੇ ਕੇ ਜਾਂਦਾ ਰਿਹਾ। ਮੈਨੂੰ ਨੀਂਦਾਂ ਇੰਨਾ ਸੀ, ਜਾਣੀ ਕਿ ਮੈਨੂੰ ਨੀਂਦ ਹੀ ਆਈ ਜਾਂਦੀ ਸੀ। ਬਾਬਾ ਜੀ, ਨੀਂਦ ਵਾਲੇ ਹਾਲਾਤ ਤਾਂ ਹੈ ਨਹੀਂ ਸੀ ਤੁਹਾਡੇ?
ਹਾਲਾਤ ਮਾੜਾ ਅਸੀਂ ਨੀਂਦ ਬਹੁਤ ਆਉਂਦੀ ਸੀਗੀ ਉਦੋਂ ਦਵਾਈ ਲੈਂਦੇ ਸੀ ਨਹੀਂ ਨੀਂਦ ਵਿੱਚ ਏਡੀਆਂ ਘਰਾਉਣੀਆਂ ਹਰਕਤਾਂ ਵੀ ਨਹੀਂ ਕਰਦਾ ਕੋਈ ਸਾਧੂ ਸੰਤ ਜਿਹੜੀਆਂ ਤੁਸੀਂ ਕੀ ਜਿਹੜੀਆਂ ਉਹ ਹਰਕਤਾਂ ਨੇ ਉਹ ਨੀਂਦ ਵਾਲੀਆਂ ਨਹੀਂ ਲੱਗ ਰਹੀਆਂ ਜੀ ਅੱਛਾ ਜੀ ਨਹੀਂ ਆਪਦੇ ਮਨੋਂ ਤਾਂ ਅਸੀਂ ਕੋਈ ਕੀਤਾ ਨਹੀਂ ਕਰ ਇਹ ਕੋਈ ਗੱਲਬਾਤ ਕਿਤੇ ਗਲਤੀ ਹੋਈ ਲੱਗਦੀ ਤੁਹਾਨੂੰ ਹਾਂਜੀ ਗਲਤੀ ਹੋਈ ਆ ਨਹੀਂ ਕੋਈ ਗਲਤੀ ਨਹੀਂ ਹੋਈ ਨਹੀਂ ਪਰ ਫੋਟੋਆਂ ਜਿਹੜੀਆਂ ਨੇ ਉਹ ਤੁਹਾਡੀਆਂ ਮੰਨਦੇ ਤੁਹਾਡੀਆਂ ਨੇ ਉਹ ਸਾਰੀਆਂ ਹਾਂਜੀ ਜਿਹੜੀਆਂ ਵੀਡੀਓ ਤੁਹਾਡੀ ਆ ਜੀ ਫੋਟੋ ਤਾਂ ਤੁਸੀਂ ਦਿਖਾਈ ਹੈਗੀਆਂ ਹਾਂ ਫੋਟੋ ਤਾਂ ਉੱਤੇ ਪਰ ਜੇ ਅਸੀਂ ਉਹ ਜੇ ਕਰਦੇ ਤੇ ਅਸੀਂ ਉਹ ਕਿਉਂ ਮੋਬਾਈਲ ਸਾਡਾ ਮੋਬਾਈਲ ਨਹੀਂ ਉਹਦੇ ਹੀ ਮੋਬਾਈਲ ਆ ਅੱਛਾ ਜੇ ਸਾਨੂੰ ਕੋਈ ਅਜੀ ਕੋਈ ਹੋਵੇ ਤਾਂ ਫੋਟੋਆਂ ਤਾਂ ਤੁਹਾਡੀਆਂ ਹੀ ਨੇ ਨਾ ਹਾਂਜੀ ਫੋਟੋਆਂ ਤੁਹਾਡੀਆਂ ਨੇ ਨਾ ਫੋਟੋਆਂ ਤਾਂ ਸਾਡੀਆਂ ਮੰਨਦੇ ਹੋ ਨਾ ਇਹ ਵੀ ਫੋਟੋਆਂ ਤੁਹਾਡੀਆਂ ਨੇ ਹਾਂਜੀ ਹਾਂਜੀ ਤੇ ਜਿਹੜਾ ਉਹ ਫੋਟੋਆਂ ਦੇ ਵਿੱਚ ਵੀ ਤੁਸੀਂ ਨਜ਼ਰ ਆ ਰਹੇ ਹੋ ਹਾਂਜੀ ਫਿਲਹਾਲ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਬਣਦੀ ਕਾਰਵਾਈ ਕਰਨ ਦੀ ਗੱਲ ਆਖੀ ਜਾ ਰਹੀ ਹੈ ਇਹ ਕਾਹਨ ਸਿੰਘ ਵਾਲਾ ਪਿੰਡ ਆ ਉੱਥੇ ਦੇ ਕੁਛ ਵਸਨੀਕਾਂ ਨੇ ਦਰਖਾਸਤ ਦਿੱਤੀ ਆ ਉਹ ਸੇਵਾਦਾਰ ਆ ਗਊਸ਼ਾਲਾ ਦਾ ਹਿੰਮਤਪਾਲ ਸਿੰਘ ਕਿ ਉਹ ਕਿਸੇ ਔਰਤ ਦਾ ਜਿਨਸੀ ਸ਼ੋਸ਼ਣ ਕਰਦਾ ਇਹ ਦਰਖਾਸਤ ਜਿਹੜੀ ਹੈਗੀ ਪੜਤਾਲ ਵਾਸਤੇ ਐਸ ਐਚ ਓ ਸਦਰ ਨੂੰ ਮਾਰ ਕਰ ਦਿੱਤੀ ਮੋਗਾ ਤੋਂ ਚਮਕੌਰ ਸਿੰਘ ਲੋਪੋ ਦੀ ਰਿਪੋਰਟ ਫ੍ਰੀ ਸੇਵਾ ਫ੍ਰੀ ਸਮਾਧਾਨ ਫੀਸ ਕੰਮ ਹੋਣ ਤੋਂ ਬਾਅਦ ਵਿਦੇਸ਼ ਵਿੱਚ ਬੈਠੇ ਕਿਉਂ ਹੋ ਪਰੇਸ਼ਾਨ ਤੰਤਰ ਮੰਤਰ ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਪਾਤਸ਼ਾਹ ਤਾਂਤਰਿਕ ਅਮਿਤ ਜੀ ਮੇਰਾ ਕੀਤਾ ਹੋਇਆ ਚੱਲੇਗਾ ਸੱਤ ਸਮੁੰਦਰ ਪਾਰ ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ ਹਰ ਕੰਮ ਹੁੰਦਾ ਹੈ ਕਰਨ ਵਾਲਾ ਚਾਹੀਦਾ ਹਰ ਸਮੱਸਿਆ ਦਾ ਸਮਾਧਾਨ 100% ਗਰੰਟੀ ਨਾਲ ਅਸ਼ਟਾਮ ਪੇਪਰ ਤੇ ਲਿਖ ਕੇ ਲਓ ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ ਲਵ ਮੈਰਿਜ ਲਾਟਰੀ ਨੰਬਰ ਪੀ ਆਰ ਸਮੱਸਿਆ ਵਿਦੇਸ਼ ਵਿੱਚ ਪੱਕੇ ਹੋਣਾ ਸੌਂਤਣ ਜਾਂ ਦੁਸ਼ਮਣ ਤੋਂ ਛੁਟਕਾਰਾ ਕਰਜ਼ਾ ਮੁਕਤੀ ਸੱਸ ਨੂੰ ਪਤੀ ਪਤਨੀ ਵਿੱਚ ਅਣਬਣ ਜਾਇਦਾਦ ਵਿੱਚ ਝਗੜਾ ਮਨਚਾਹਾ ਪਿਆਰ ਬੱਚਿਆਂ ਦਾ ਕਹਿਣੇ ਤੋਂ ਬਾਹਰ ਘਰ ਵਿੱਚ ਕਲੇਸ਼ ਕੀਤਾ ਕਰਾਇਆ ਕਿਸੇ ਨੂੰ ਸ਼ਰਾਬ ਦੀ ਲੱਤ ਤੋਂ ਬਾਹਰ ਕੱਢਣਾ ਤੁਹਾਡਾ ਭੈਣ ਭਰਾ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਕਿਸੇ ਦੇ ਵੱਸ ਵਿੱਚੋਂ ਬਾਹਰ ਕੱਢਣ ਲਈ ਤੁਰੰਤ ਬਾਹਰ ਕੱਢਣ ਲਈ ਫੋਨ ਕਰੋ ਤਾਂਤਰਿਕ ਅਮਿਤ ਜੀ ਮੇਰੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ ਸਾਡੀਆਂ ਸੇਵਾਵਾਂ 24 ਘੰਟੇ ਖੁੱਲੀਆਂ ਹਨ ਫੋਨ ਨੰਬਰ 86751 91313